ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਚਨਾਲੀਆ। ਲਓ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਰਾਣੂ ਮੰਡਲ ਜੀ ਬਾਰੇ। ਸੋ ਰਾਣੂ ਮੰਡਲ ਜੀ ਨੂੰ ਅੱਜ ਕੱਲ੍ਹ ਕੌਣ ਨਹੀਂ ਜਾਣਦਾ। ਸੋ ਉਹ ਆਪਣੇ ਗੀਤ ਤੇਰੀ ਮੇਰੀ ਕਹਾਣੀ ਦੇ ਨਾਲ ਅੱਜ ਚਰਚਾ ਦੇ ਵਿੱਚ ਨੇ। ਸੋ ਕਹਿੰਦੇ ਨੇ ਪਰਮਾਤਮਾ ਦੇ ਘਰ ਦੇਰ ਅੰਧੇਰ ਨਹੀਂ ਹੈਗਾ। ਕਿਸੇ ਟਾਈਮ ਉਹ ਦੋ ਵਕਤ ਦੀ ਰੋਟੀ ਨੂੰ ਮੁਹਤਾਜ ਸੀ, ਦੋ ਵਕਤ ਦੀ ਰੋਟੀ ਨਹੀਂ ਸੀ ਉਹਨਾਂ ਨੂੰ ਜੁੜਦੀ, ਪਰ ਅੱਜ ਪਰਮਾਤਮਾ ਨੇ ਉਹਨਾਂ ਦੀ ਐਸੀ ਬਾਂਹ ਫੜੀ ਹੈ ਕਿ ਅੱਜ ਲੱਖਾਂ ਕਰੋੜਾਂ ਦਿਲਾਂ ਦੀ ਧੜਕਣ, ਅਰਬਾਂ ਦਿਲਾਂ ਦੀ ਧੜਕਣ ਉਹ ਬਣ ਚੁੱਕੇ ਨੇ। ਸੋ ਲਓ ਜੀ, ਗੱਲ ਕਰਦੇ ਹਾਂ ਰਾਣੂ ਮੰਡਲ ਜੀ ਦੀ। 1960 'ਚ ਰਾਣਾ ਗਾਰਡਨ 'ਚ ਰੇਨੂ ਦਾ ਜਨਮ ਹੋਇਆ। ਇਹ ਬੰਗਾਲ ਦੇ ਵਿੱਚ ਸ਼ਹਿਰ ਹੈ ਜੀ, ਅਤੇ ਉਹ ਕ੍ਰਿਸਚਨ ਪਰਿਵਾਰ ਤੋਂ ਬਿਲੋਂਗ ਕਰਦੇ ਨੇ। ਸ਼ੁਰੂ ਤੋਂ ਹੀ ਉਹ ਬਹੁਤ ਗਰੀਬ ਸੀ। ਉਸ ਟਾਈਮ ਦੇ ਵਿੱਚ ਕੁੜੀਆਂ ਦੀ ਪੜ੍ਹਾਈ 'ਤੇ ਬਹੁਤ ਜ਼ਿਆਦਾ ਘੱਟ ਜ਼ੋਰ ਦਿੱਤਾ ਜਾਂਦਾ ਸੀ, ਅਤੇ ਇਸ ਕਰਕੇ ਉਹ ਪੜ੍ਹੇ ਲਿਖੇ ਵੀ ਅਨਪੜ੍ਹ ਦੇ ਹੀ ਬਰਾਬਰ ਨੇ। ਅਤੇ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ ਮੁੰਬਈ ਦੇ ਰਹਿਣ ਵਾਲੇ ਬਾਬੂ ਮੰਡਾਲ ਦੇ ਨਾਲ। ਅਤੇ ਬਾਬੂ ਮੰਡਾਲ ਬੰਬੇ ਦੇ ਵਿੱਚ ਐਕਟਰ ਫਿਰੋਜ਼ ਖਾਨ ਦੇ ਨਾਲ ਕੰਮ ਕਰਦੇ ਹੁੰਦੇ ਸੀ। ਅਤੇ ਰਾਣੂ ਮੰਡਲ ਨੂੰ ਵੀ ਉੱਥੇ ਤੋਂ ਹੀ ਗਾਉਣ ਦਾ ਸ਼ੌਂਕ ਪੈਦਾ ਹੋਇਆ। ਅਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ, ਅਤੇ ਉਹ ਬਹੁਤ ਖੁਸ਼ ਸੀ। ਲੇਕਿਨ ਉਹ ਖੁਸ਼ੀ ਬਹੁਤ ਟਾਈਮ ਤੱਕ ਨਹੀਂ ਚੱਲ ਸਕੀ। ਕੁਛ ਹੀ ਟਾਈਮ ਮਗਰੋਂ ਬਾਬੂ ਮੰਡਾਲ ਜੀ ਦੀ ਮੌਤ ਹੋ ਗਈ। ਅਤੇ ਉਸ ਤੋਂ ਬਾਅਦ ਰਾਣੂ ਮੰਡਲ ਜੀ ਬਹੁਤ ਕਠਿਨਾਈਆਂ ਤੋਂ ਗੁਜ਼ਰੀ, ਅਤੇ ਫਿਰ ਆਪਣੇ ਪਿੰਡ ਬੰਗਾਲ 'ਚ ਚਲੀ ਗਈ। ਅਤੇ ਉਹਨਾਂ ਦੇ ਘਰ ਵਾਲਿਆਂ ਨੇ ਵੀ ਉਹਨਾਂ ਨੂੰ ਜ਼ਿਆਦਾ ਨਹੀਂ ਸੰਘੀਲਿਆ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਪਾਸੇ ਨੌਕਰੀ ਕੀਤੀ, ਪਰ ਉੱਥੋਂ ਗੁਜ਼ਾਰਾ ਵੀ ਬਹੁਤ ਔਖਾ ਚੱਲਦਾ ਸੀ। ਅਤੇ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਕੋਲਕਾਤਾ ਦੇ ਸਟੇਸ਼ਨ 'ਤੇ ਗਾ ਕੇ ਆਪਣਾ ਬੱਚੀ ਨੂੰ ਪਾਲਿਆ ਜਾਵੇ। ਅਤੇ ਉਸ ਤੋਂ ਬਾਅਦ ਉਹਨਾਂ ਨੇ ਸਟੇਸ਼ਨ 'ਤੇ ਗਾਣਾ ਸ਼ੁਰੂ ਕਰ ਦਿੱਤਾ। ਲੇਕਿਨ ਉਹਨਾਂ ਦੀ ਬੇਟੀ ਨੂੰ ਇਹ ਕੰਮ ਬਿਲਕੁਲ ਪਸੰਦ ਨਹੀਂ ਸੀ, ਅਤੇ ਉਹ ਆਪਣੀ ਬੇਇੱਜ਼ਤੀ ਮਹਿਸੂਸ ਕਰਦੀ ਸੀ। ਅਤੇ ਫਿਰ ਉਹਨਾਂ ਦੀ ਬੇਟੀ ਨੇ ਉਹਨਾਂ ਨੂੰ ਛੱਡ ਕੇ ਚਲੇ ਗਏ। ਅਤੇ ਕਹਿੰਦੇ ਨੇ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਹੈਗਾ। ਪਰਮਾਤਮਾ ਜਦੋਂ ਹੱਥ ਫੜਦਾ ਤਾਂ ਫਿਰ ਛੱਡਦਾ ਨਹੀਂ ਹੈਗਾ। ਅਤੇ ਫਿਰ ਜਦੋਂ ਉਹ ਸਟੇਸ਼ਨ 'ਤੇ ਗਾਉਂਦੇ ਸੀ, ਉਹਨਾਂ ਦੀ ਆਵਾਜ਼ ਬੜੀ ਮਿੱਠੀ ਸੀ। ਇੱਕ ਆਦਮੀ ਨੇ ਜਦ ਉਹਨਾਂ ਦੀ ਆਵਾਜ਼ ਸੁਣੀ ਤਾਂ ਉਹ ਬਹੁਤ ਪ੍ਰਭਾਵਿਤ ਹੋਏ ਉਹਨਾਂ ਦੀ ਆਵਾਜ਼ ਨੂੰ ਸੁਣ ਕੇ। ਅਤੇ ਉਹਨਾਂ ਨੇ ਉਹਨਾਂ ਦੀ ਵੀਡੀਓ ਬਣਾਈ ਰਾਣੂ ਮੰਡਲ ਜੀ ਦੀ, ਅਤੇ ਨੈੱਟ 'ਤੇ ਅਪਲੋਡ ਕਰ ਦਿੱਤੀ। ਅਤੇ ਉਹ ਵੀਡੀਓ ਨੂੰ ਲੱਖਾਂ ਕਰੋੜਾਂ ਲੋਕਾਂ ਨੇ ਦੇਖਿਆ ਅਤੇ ਬਹੁਤ ਪਸੰਦ ਕੀਤਾ। ਅਤੇ ਉਸ ਤੋਂ ਬਾਅਦ ਬੋਲੀਵੁੱਡ ਤੋਂ ਵੀ ਉਸ ਵੀਡੀਓ ਨੂੰ ਕਈ ਹਸਤੀਆਂ ਨੇ ਦੇਖਿਆ, ਅਤੇ ਉਹਨਾਂ ਨੇ ਫਿਰ ਬੋਲੀਵੁੱਡ ਤੋਂ ਕਾਫੀ ਜ਼ਿਆਦਾ ਔਫਰ ਰਾਣੂ ਮੰਡਲ ਜੀ ਨੂੰ ਆਉਣ ਲੱਗੇ। ਅਤੇ ਇੱਕ ਸ਼ੋਅ ਦੇ ਵਿੱਚ ਵੀ ਉਹਨਾਂ ਨੇ ਗਾਇਆ, ਅਤੇ ਉੱਥੋਂ ਉਹਨਾਂ ਨੇ ਹਿਮੇਸ਼ ਰਸ਼ਮੀਆ ਜੀ ਨੇ ਜਦ ਉਹਨਾਂ ਦੀ ਆਵਾਜ਼ ਸੁਣੀ ਤਾਂ ਉਹਨਾਂ ਦੇ ਦੀਵਾਨੇ ਹੋ ਗਏ। ਅਤੇ ਫਿਰ ਉਹਨਾਂ ਨੇ ਉਹਨਾਂ ਨੂੰ ਆਪਣੀ ਫਿਲਮ ਦੇ ਵਿੱਚ ਗਾਉਣ ਲਈ ਔਫਰ ਕੀਤਾ। ਸੋ ਉਹਨਾਂ ਦਾ ਗੀਤ ਜਿਹੜਾ ਕਿ ਹੁਣ ਤੁਸੀਂ ਸੁਣ ਰਹੇ ਹੋ, ਤੇਰੀ ਮੇਰੀ ਕਹਾਣੀ, ਹਿਮੇਸ਼ ਰਸ਼ਮੀਆ ਜੀ ਦੇ ਫਿਲਮ ਦੇ ਵਿੱਚ। ਸੋ ਫਿਲਮ ਦੇ ਵਿੱਚ ਗਾਣਾ ਗਾਇਆ ਜੀ ਤੇਰੀ ਮੇਰੀ ਕਹਾਣੀ। ਸੋ ਬਹੁਤ ਪਿਆਰ ਦਿੱਤਾ ਉਸ ਗਾਣੇ ਨੂੰ, ਅਤੇ ਤੁਸੀਂ ਹੁਣ ਬਹੁਤ ਜਲਦ ਫਿਲਮ ਦੇ ਵਿੱਚ ਉਸ ਗੀਤ ਨੂੰ ਸੁਣੋਗੇ। ਅਤੇ ਉਹਨਾਂ ਦੀ ਬੇਟੀ ਜਿਹੜੀ ਕਿ ਉਹਨਾਂ ਨੂੰ ਛੱਡ ਕੇ ਚਲੀ ਗਈ ਸੀ, ਉਹ ਵੀ ਹੁਣ ਉਹਨਾਂ ਦੇ ਕੋਲ ਵਾਪਸ ਆ ਗਈ ਹੈ। ਅਤੇ ਬਹੁਤ ਖੁਸ਼ੀ ਖੁਸ਼ੀ ਹੁਣ ਰਾਣੂ ਮੰਡਲ ਜੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਪਰਮਾਤਮਾ ਇਹਨਾਂ ਨੂੰ ਹੋਰ ਟੈਲੈਂਟ ਬਖਸ਼ੇ, ਅਤੇ ਇੱਦਾਂ ਹੀ ਇਹ ਸੋਹਣੇ ਸੋਹਣੇ ਗੀਤ ਗਾਉਂਦੇ ਰਹਿਣ। ਦੋਸਤੋ, ਜੇ ਤੁਹਾਨੂੰ ਇਹ ਜਾਣਕਾਰੀ ਮੇਰੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਅਤੇ ਮੇਰੀ ਵੀਡੀਓ ਲਾਈਕ ਜ਼ਰੂਰ ਕਰਨਾ। ਥੈਂਕ ਯੂ ਸੋ ਮੱਚ।